ਸਲੈਡਿੰਗ ਸਿਸਟਮ ਹੈ। 2005 'ਚ ਜ਼ਲਜ਼ਲਾ ਆਇਆ ਸੀ, 7 ਗ੍ਰਾਂ ਸੇ, 7 ਗ੍ਰਾਂ ਸੇ ਸਲੈਡਿੰਗ ਹੋਈ, ਸਾਰੇ 7 ਗ੍ਰਾਂ ਪੂਰੇ ਇੱਕ ਉੱਪਰੋਂ ਚਾਨ ਹੋਏ ਸੀ ਅਤੇ ਥੱਲੇ ਆਏ ਡੈਮ ਨੇ ਵਿੱਚ, ਬੰਦੇ ਗ੍ਰਾਂ ਸਾਰੇ ਵਿੱਚ। ਮਾਸ਼ਾਅੱਲਾ ਬੜਾ ਖੂਬਸੂਰਤ ਬਾਜ਼ਾਰ ਹੈ ਚਕਾਰ ਨੇ, ਚੱਕ ਇਹ ਵੀ ਚਕਾਰ ਫੇਮਸ ਬਾਜ਼ਾਰ ਹੈ, ਇੱਥੇ ਨੇ ਕੁਲਚੇ ਬੜੇ ਮਸ਼ਹੂਰ ਹੈ। ਹਾਂਜੀ, ਅਸਲਾਮ ਅਲੈਕਮ, ਉਮੀਦ ਕਰਾਂ ਸਾਰੇ ਭੈਣ ਭਰਾ ਠੀਕ ਹੋ। ਮੈਂ ਮਨਸੂਰ ਜੱਟ ਜੀ, ਬਿਲਕੁਲ ਅੱਜ ਮੌਜੂਦ ਹਾਂ ਜ਼ਿਲ੍ਹਾ ਬਾਗ ਆਜ਼ਾਦ ਕਸ਼ਮੀਰ ਇਲਾਕਾ ਗੰਗਾ ਚੋਟੀ। ਅੱਜ ਤੁਸੀਂ ਗੰਗਾ ਚੋਟੀ ਦੱਸਾਂ, ਇਤਨਾ ਖੂਬਸੂਰਤ ਇਲਾਕਾ ਆ, ਪਹਾੜੀ ਹੈ, ਜਿੱਥੋਂ ਔਰ ਇਲਾਕਾ ਦਿਸਣਾ, ਕਸ਼ਮੀਰ ਨਾਲ ਇਲਾਕਾ ਦਿਸਣਾ ਤਕਰੀਬਨ। ਅਸਾਂ ਇਲਾ ਮੌਜੂਦ ਹੈ ਗੰਗਾ ਚੋਟੀ ਉੱਪਰ, ਤਾਂ ਤੁਸੀਂ ਦੱਸਣੇ ਆ ਜਿਹੜੇ ਪਿੱਛੇ ਤੁਸੀਂ ਪਹਾੜੀਆਂ ਨਜ਼ਰ ਆ ਰਹੀਆਂ, ਜਿਹਨਾਂ ਬਰਫ਼ ਪਈ ਹੈ, ਇਹ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਹਨ। ਇਹਨਾਂ ਤੋਂ ਪਿੱਛੇ ਆ ਜਨਾਬ ਨੀਲਮ ਵਾਦੀਏ ਲੀਪਾ, ਇਹਨਾਂ ਤੋਂ ਉੱਪਰ ਨਹੀਂ ਆਓ, ਤਾਂ ਬਾਕੀ ਇਹ ਨੀਚੇ ਦੇ ਸ਼ਹਿਰ ਤੁਸੀਂ ਨਜ਼ਰ ਰੱਖਣੇ ਉਸ ਮੁਖਤਲਿਫ ਇਲਾਕੇ ਨਜ਼ਰ ਰੱਖਣੇ ਉਸਨ। ਤਾਂ ਬਾਕੀ ਤੁਸਾਂ ਕਿ ਜਨਾਬ ਅੱਜ ਵਿਜ਼ਿਟ ਕਰਾਂ, ਇੱਧਰ ਦੇਖਣੇ ਉਸ ਦੁਕਾਨਾਂ ਲੱਗੀਆਂ ਕਾਫੀ ਦੁਕਾਨਾਂ, ਤਾਂ ਉਹ ਪਾਰ ਸਾਹਮਣੇ ਦੇਖਣੇ ਉਸ ਪਾਰ ਸਾਹਮਣੇ ਮੁੜਦਾ ਤੁਸੀਂ ਦੇਵੀ ਮੁਰਤਸ਼ਨਾ ਪਿਣਾ ਸੀ, ਉਹ ਉਸ ਗਾਣੇ ਗੰਗਾ ਚੋਟੀ, ਮੈਂ ਗੰਗਾ ਚੋਟੀ ਟਾਪ ਹੈ, ਮੈਂ ਉਹ ਟਾਪ ਸਾਹਮਣੇ ਟਾਪ ਹੈ। ਤਾਂ ਬਾਕੀ ਦੁਕਾਨਾਂ ਲੱਗੀਆਂ, ਸਵੇਰ ਦਾ ਟਾਈਮ ਹੈ, ਤਕਰੀਬਨ 9 ਵਜੇ ਟਾਈਮ ਹੈ, ਇਲਾ ਰਸ਼ ਕੋਣੀ ਕਿਉਂਕਿ ਸਭ ਜਲਦੀ ਹੈਗੀਆਂ, ਤਾਂ ਇਸ ਵਕਤ ਕਹਿੰਦੇ ਉਸ ਇੱਧਰ ਲਾਕੇ ਕਲੈਕਸ਼ਨ ਹੈਗੀ ਹੁੰਦੇ ਕਹਿੰਦੇ ਉਸ ਇੱਧਰ ਲਾਕੇ 'ਚ ਰਸ਼ਨ ਪਿਆ ਤਕਰੀਬਨ, ਇਹ ਬੁਨ ਜ਼ਿਲ੍ਹਾ ਬਾਗ ਰਸ਼ਨ ਪਿਆ, ਉਹ ਬੁਨ ਉਹ ਜ਼ਿਲ੍ਹਾ ਬਾਗ ਹੈ, ਉਸ ਤੋਂ ਪਾਰ ਉਹ ਤੋਲੀ ਪੀਰ ਅਤੇ ਲਸ ਡੰਨਾ, ਉਹ ਇਲਾਕੇ ਸ਼ਨ ਪਏ, ਉਹ ਅੱਗੇ ਪਹਾੜੀਆਂ ਪੁੰਛ ਰਜੌਰੀ, ਉਹ ਇਲਾਕੇ ਆ ਗਏ ਮੁੜੀ, ਉਹ ਪਾਰ ਰਾਵਲਾ ਕੋਟ ਆ ਗਿਆ। ਆਪਣੀ ਜੀ ਦੱਸਾਂ, ਅੱਛਾ ਤੁਸੀਂ ਇੱਕ ਹੋਰ ਚੀਜ਼ ਜਨਾਬ ਬਾਣੀ ਜਨਾਬ ਹਰ ਬੰਦੇ ਕੀ ਪਤਾ ਨਹੀਂ ਹੋਣਾ, ਤਾਂ ਬਾਕੀ ਤੁਸੀਂ ਅਸੀਂ ਇਹ ਬਸੋ ਜਿਹੜੀ ਹੈ ਆਏ ਜੇ ਹੋਈ ਹੈ, ਸਲੈਡਿੰਗ ਹੋਈ ਹੈ, ਇਸ ਨਾਲ ਕਿਆ ਕੋਈ ਸਿਸਟਮ ਹੈ? ਸਲੈਡਿੰਗ ਸਿਸਟਮ ਹੈ, 2005 'ਚ ਜ਼ਲਜ਼ਲਾ ਆਇਆ ਸੀ, 2005 'ਚ ਸਲੈਡਿੰਗ ਨੇ ਵਿੱਚ ਕਾਫੀ ਸਲੈਡਿੰਗ ਥੱਲੇ ਹੋਰ ਜਗ੍ਹਾ ਵੀ ਹੈ, 7 ਗ੍ਰਾਂ ਸੇ, 7 ਗ੍ਰਾਂ ਸੇ ਸਲੈਡਿੰਗ ਹੋਈ, ਸਾਰੇ 7 ਗ੍ਰਾਂ ਪੂਰੇ ਇੱਕ ਉੱਪਰੋਂ ਚਾਨ ਹੋਏ ਸੀ ਅਤੇ ਥੱਲੇ ਆਏ ਡੈਮ ਨੇ ਵਿੱਚ, ਥੱਲੇ ਕੱਸ ਸੀ, ਤਾਂ ਸਲੈਡਿੰਗ ਦੇ ਥੱਲੇ ਗ੍ਰਾਂ ਜਿਹੜੇ ਆ ਗਏ ਅਤੇ ਉੱਪਰ ਉਹ ਡੈਮ ਬਣੀ ਗਿਆ, 2 ਡੈਮ ਡੱਕਣ ਹੋਏ, ਇੱਕ ਇਸ ਨਾਲੇ ਡੈਮ ਬਣੀ ਗਿਆ, ਇੱਕ ਉਧਰੋਂ ਨਾਲ, ਬੰਦੇ ਸਾਰੇ ਵਿੱਚ ਆਈਏ, ਬੰਦੇ ਗ੍ਰਾਂ ਸਾਰੇ ਵਿੱਚ, ਇੱਕ ਮਾਈਕ ਆ ਕੱਪਣੀ ਸੀ ਉੱਥੇ ਪਾਰ ਧੋਣੀਆਂ, ਪੂਰੀ ਸਲੈਡਿੰਗ ਉੱਪਰੋਂ ਸਿੱਧੀ ਜੀਣੀ ਜਾਗਣੀ ਰਾਹ ਰਹੀ ਹੈ, ਬਾਕੀ ਕੋਈ ਬੰਦਾ ਨਹੀਂ ਬਚਿਆ ਉਹਨਾਂ, ਸਾਰੇ ਜਿਹੜੇ ਬੰਦੇ ਯਾਨੀ ਕਿ ਗ੍ਰਾਂ ਤੋਂ ਬਾਹਰ ਥੇ, ਬਾਜ਼ਾਰ ਸ਼ਹਿਰ ਜਾਂ ਕਿਸੇ ਬੈਰੂਨੇ ਮੁਲਕ, ਉਹ ਬੱਚੇ ਬਾਕੀ ਕੋਈ ਬੰਦਾ, ਤਾਂ ਅੱਟੀਆਂ ਵਾਲਾ ਨਾਲ ਹੈ, ਸਭ ਥੱਲੇ ਅੱਟੀਆਂ ਵਾਲਾ ਨਾਲ ਹੈ, ਸਲੈਡਿੰਗ ਸਾਹਮਣੇ ਇਸ ਸਾਈਡ ਅੱਟੀਆਂ ਵਾਲਾ ਆ, ਇਸ ਸਾਈਡ ਬਿਲਕੁਲ ਜੀ, ਜਿਹੜੇ ਆਠ ਸਨ ਅੱਲਾਹ ਤਾਲਾ ਸਾਰੇ ਗੇ ਜਿਹਨਾਂ 'ਚ ਜਗ੍ਹਾ ਦਾ, ਕਿਉਂਕਿ ਸ਼ਹੀਦ ਹੋ ਗਏ ਤਕਰੀਬਨ 20 ਸਾਲ ਤਕਰੀਬਨ ਹੋਈ ਗਈ। ਸਰਕਾਰ ਜੀ ਅਸਾਂ ਬਿਲਕੁਲ ਨੱਕੀ ਕੋਲ ਗੰਗਾ ਚੋਟੀ ਕੋਲ ਆ, ਬਾਕੀ ਦੁਕਾਨਾਂ ਮੁੱਤੀ ਆ, ਬਰਫ਼ ਪਈ ਆ ਜਨਾਬ, ਬਰਫ਼ ਪਈ ਆ, ਪਹਾੜ ਨੇ ਪਹਾੜ ਹੈ, ਬਰਫ਼ ਪਈ ਆ ਪਹਾੜ ਹੈ, ਨਹੀਂ ਨਹੀਂ ਇਹ ਚਿੱਟੀ ਬਰਫ਼ ਹੈ, ਪਹਾੜ ਕਾਲੇ ਸਬਜ਼ਾ ਪਹਾੜ ਹੈ, ਇੱਥੇ ਰੋਟੀ ਖਤਮ ਹੋ ਜਾਣੀ ਹੈ। ਐ ਤਾਂ ਕੋ ਜੀ ਇੱਥੇ ਕਮਰੇ ਮਤਲਬ ਜਿਹੜੇ ਬੰਦੇ ਰਹਿਣੇ ਚਾਹੁੰਦੇ ਨੇ, ਇੱਥੇ ਰਿਹਾ ਸੀ ਕਿ ਨਹੀਂ ਸੀ, ਅਤੇ ਕੁਝ ਕੀ ਕਮਰਾ ਮੰਤਿਆ ਜੀ? ਇਹ ਮਿਲਿਆ ਸੀ 2005 ਜ਼ਲਜ਼ਲੇ 'ਚ। ਤਾਂ ਕੋ ਜੀ ਇੱਥੇ ਜਨਾਬ ਗੋਲ ਮੋਲ ਕਮਰਾ ਬਣਤੇ ਆ, ਜੇ ਬੰਦਾ ਰਹਿਣਾ ਚਾਹੇ ਉਸ ਤੇ ਜਨਾਬ, ਇਹ ਚੈੱਕ ਕਰੋ ਜੀ ਗੋਲ ਮੋਲ ਕਮਰਾ, ਕਿੰਨਾ ਖੂਬਸੂਰਤ ਕਮਰਾ ਹੈ, ਮਾਸ਼ਾਅੱਲਾ, ਅੰਦਰੋਂ ਕਾਫੀ ਦੂਰ ਹੈ ਜਨਾਬ, ਅਸਾਂ ਅੱਧਾ ਜੀ ਜਾਸਾਂ ਤੋੜਨਾ ਉੱਪਰ ਜਾਣੇ, ਕਿਉਂਕਿ ਇਲਾਕਾ ਜਿਹੜਾ ਨਾ ਬਹੁਤ ਔਖਾ ਉੱਪਰ ਚੜਨਾ, ਇਹ ਤੱਕੋ ਰਾਤ ਕੋ ਜੀ ਤੱਕੋ ਜੀ ਬਰਫ਼ ਪਈ ਵੀ, ਬਰਫ਼ ਬਰਫ਼ ਅਜੇ ਗਲੀ ਕੋਣੀ। ਚਾਚਾ ਸਾਹਿਬ ਰਾ, ਚਾਚਾ ਸਾਹਿਬ ਰਾ ਕੀ ਲਾਏ ਨੇ? ਤਾਂ ਲਾਏ ਸਲਾਈਡਿੰਗ ਨਾਲ ਹੈ, ਸਿਮਟਾਂ ਥਰੋ ਲਾਏ ਆ, ਸਲਾਈਡਿੰਗ ਨਾਲ ਹੈ, ਇਹ ਬਰਫ਼ ਚੈੱਕ ਕਰ ਸਕਦੇ ਹੋ, ਇਹ ਤਾਂ ਇਹਨੇ ਕਿ ਜਗ੍ਹਾ ਰੁੜੇ ਨਾ, ਸਾਫ਼ ਜੀ ਬਰਫ਼ ਉਹ ਖਾਸ ਹੈ, ਤਾਂ ਕਹਿੰਦੇ ਉਸ ਜਨਾਬ ਇੱਥੇ ਉੱਪਰ ਬਹੁਤ ਪੁੱਜਣਾ ਮੁਸ਼ਕਲ ਹੈ, ਕਿਉਂਕਿ ਬਹੁਤ ਉਹੀ ਗੱਲ ਹੈ, ਤਾਂ ਆ ਸਾਹਿਬ ਰਾ ਜੇ ਰਿਹਾ ਮਾੜਕ ਨੂੰ ਜਾਣਾ ਉੱਪਰ, ਚੜ੍ਹੇ ਬਹੁਤ ਜ਼ਾਲਮ ਹੈ, ਇਹ ਖਲਾ ਨੱਕਾ ਬਿਲਕੁਲ ਹੀ ਪੈਣਾ ਭਰਾ, ਬਰਫ਼ ਉੱਪਰ ਚੜ੍ਹਨੇ ਤੁਸੀਂ ਤਰੀਕਾ ਦੱਸਣਾ ਕਿਸ ਤਰ੍ਹਾਂ ਚੜ੍ਹਨਾ, ਇਸ ਤਰ੍ਹਾਂ ਪੈਰ ਰੱਖੋ ਨਾ, ਤੱਕੋ ਤਾਇਆ ਸਾਬਰਾ ਜਨਾਬ, ਠੀਕ ਹੈ ਮੈਂ ਤੁਸੀਂ ਐਕਸਪੀਰੀਅੰਸ ਦੱਸਣਾ ਬਰਫ਼ ਉੱਪਰ ਚੜ੍ਹਨੇ ਵਾਸਤੇ ਇਹ ਤਰੀਕਾ ਇਸਤੇਮਾਲ ਕਰਨੇ, ਠੀਕ ਹੈ ਇਹ ਪੈਰ ਮੈਂ ਰੱਖਿਆ ਇਸ ਤਰ੍ਹਾਂ ਤਰੇਡਾ, ਇਹ ਦੂਆ ਇਸ ਤਰ੍ਹਾਂ, ਇਸ ਤਰ੍ਹਾਂ, ਤੱਕੋ ਤਾਇਆ ਸਾਬਰਾ ਜਨਾਬ ਉੱਪਰ ਚੜ੍ਹੀ ਰਹੇ, ਇਹ ਤਰੀਕਾ ਬਰਫ਼ ਤਾਇਆ ਸਾਬਰਾ ਟੇਸ ਹੋ ਨਾ ਅੰਗਰੇ ਕਰੋ, ਇਹ ਤੱਕੋ ਇਹ ਤਾਇਆ ਸਾਬਰਾ ਟੇਸ ਹੋ ਅੰਗਰੇ ਨਾ ਕਰੋ, ਅਸਾਂ ਕੈਟੂ ਪਹਾੜੀ ਜਿਹੜਾ ਤਾਂ ਪਾਰ ਕੀਤੀ ਨਾਗਾ ਪਰਬਤ ਉੱਪਰ ਚੜ੍ਹੀ ਆਇਆ, ਇਹ ਤੱਕ ਤੱਕੋ ਇਹ ਤਾਇਆ ਸਾਬਰਾ ਗੰਗੇ ਚੋਟੇ ਮੁੰਨੇ ਸੰ ਤਾਇਆ ਸਾਬਰਾ ਕੀ, ਬਿਲਕੁਲ ਇਹ ਪਹਾੜੀ ਹੈ, ਹਮ ਪਹਾੜੀ ਪਰ ਪਹੁੰਚ ਆਏ, ਇਹ ਉੱਪਰ ਹਮਾਰਾ ਛੱਤ ਹੈ, ਚੈੱਕ ਕਰ ਸਕਦੇ ਹੋ, ਹੁਣ ਮੈਂ ਤੁਸੀਂ ਦੱਸਣਾ ਆ ਤਾਇਆ ਸਾਬਰਾ ਆ ਤਾਇਆ ਸਾਬਰਾ ਬੋਹਾ ਬਚਿਆ, ਅਗੇ ਲਗਾ ਸਾ ਬਟਿਆਂ ਪੇ ਸ਼ੁਕਰ ਹੈ ਬਚਤ ਹੈਗੀ, ਆ ਬਰਫ ਤੇ ਖਲਾਣੇ ਚਾਚਾ ਸਾਬਰਾ, ਬਰਫ ਖਾਣ ਲੱਗਾ, ਬਰਫ ਕਿਆ ਸੁਤਾਰਾ ਗੰਗਾ ਚੋਟੀ, ਬਰਫ ਬੜੀ ਠੱਡੀ ਹੋਣੀ ਹੈ ਨਾ, ਬਰਫ ਠੱਡੀ ਕੀ ਹੋਣੀ, ਚੱਕਰ ਕੇ ਆਏ ਧੂਪ ਲੱਗਣੀ ਪਈ, ਬਰਫ ਕੀ ਠੱਡੀ ਹੈ, ਠੱਡੀ ਹੋਣੀ ਹੈ ਨਾ, ਬਰਫ ਤੇ ਨਹੀਂ ਠੱਡੀ ਹੋਣੀ, ਲੂਣ ਆਇਆ ਕੋਈ ਉੱਪਰ ਧੂਪ ਲੱਗਣੀ ਪਈ, ਫਿਰ ਕੀ ਠੱਡੀ ਹੈ, ਤੇ ਕੋਈ ਤਾਂ ਸਾਬਰਾ ਬਾਹਰ ਕੱਢੀ ਦੇ।
ਯੂ ਆਰ ਮਰ 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 ਇਹ ਖਾਈ ਨਾ ਨਹੀਂ ਹੋਣਾ ਖਾਈ ਨਾ ਹੋਣਾ ਇਹ ਤਾਂ ਬੜੀ ਮਜ਼ਾ ਚੀਜ਼ਾਂ ਅੱਛਾ ਕਸ਼ਮੀਰ ਬਰਫ ਨਾ ਖਾਓ ਇਹ ਬਰੰਗ ਬਹੁਤ ਕੁਲਫੀ ਬਣਾਈ ਗਈ ਬਹੁਤ ਠੱਡੀ ਹੋਵੇ ਖਾਸੇ ਮਾਸ਼ਾ ਅੱਲਾ ਗੰਗਾ ਚੋਟੀ ਕਸ਼ਮੀਰ ਅੱਛਾ ਤਾਂ ਬਰਫ ਨਾ ਖਾਓ ਮਜ਼ਾ ਨਹੀਂ ਦੇਖੋ ਜੀ ਜਨਾਬ ਕਿਤਾ ਸਮਾਂ ਲਾਕਾ ਮਾਸ਼ਾ ਅੱਲਾ ਹੋਰ ਟੂਰਿਜ਼ਮ ਆ ਰਹੇ ਉਹ ਦੇਖੋ ਜੀ ਉਹ ਟੇਸ ਲੱਤ ਬਾਬਣ ਸੇ ਤੱਕੋ ਜੀ ਉਹ ਤੱਕੋ ਨਾ ਨਾ ਤੱਕੋ ਜੀ ਤਾਇਆ ਸਾਬਰਾ ਸਹੀ ਲਿਸ਼ਕੇ ਖੜਕੇ ਵੇ ਇਹ ਛੁੜਕੇ ਨਾ ਇਹ ਤੂੰ ਲੱਤ ਬਾਂਹ ਬਚਣ ਨਹੀਂ ਗਈ ਕੋਈ ਨਾ 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 ਇੱਥੋਂ ਨਾ ਕਿਸੇ ਖਾਇਆ ਇਹ ਤੱਕੋ ਤਾਇਆ ਸਾਬਰਾ ਰਿਸਕ ਕਰਨਗੇ ਤੇ ਬਚਣੇ ਚਾਂਸ ਕੋਈ ਮੰਨੇ ਹਾਂ ਨਾ ਨਾ ਕਿਤੇ ਬਾਹਰ ਓਏ ਹੋਏ ਹੋਏ ਓਏ ਹੋਏ ਇਹ ਇਹ ਕਿਹੜਾ ਇਲਾਕਾ ਨਾਲ ਇਹ ਬਸ ਕੀ ਬੁਨ ਆਣੇ ਉਹ ਬੁਨ ਨੰਗੇ ਨਜੜਾ ਤੇ ਨੰਗੀ ਨ ਬਾੜਾ ਆ ਅੱਛਾ ਨੰਗੀ ਨ ਬਾੜਾ ਇਸ ਕੀ ਆਹੇ ਨੰਗੀ ਨ ਬਾੜਾ ਤੱਕੋ ਜੀ ਇੱਥੇ ਲੋਕਾਂ ਨੇ ਕਾਰ ਬੰਤੇ ਇਹ ਹੋਟਲ ਕੀ ਕਾਰ ਨੇ ਹੋਟਲ ਆ ਪਾਰ ਕਾਰ ਵੀ ਹੈ ਪਾਰ ਪੱਕਾ ਜਿਹੜਾ ਇਹ ਪਹਾੜੀ ਕਿਹੜੀ ਆ ਪਾਰ ਸੀਸੀ ਹੋਟਲ ਬੰਤਾ ਵਾ ਇਹ ਪਹਾੜੀ ਕਿਹੜੀ ਆ ਇਹ ਪਹਾੜੀ ਜਿਹੜੀ ਆ ਬਸ ਪਹਾੜੀ ਨਾ ਇੰਡੀਆ ਇੰਡੀਆ ਚ ਪਹਾੜੀ ਜਿਹੜੀ ਆ ਇਹ ਜੰਮੂ ਕਸ਼ਮੀਰ ਜਨਾਬ ਕੋਲ ਜੰਮੂ ਕਸ਼ਮੀਰ ਇੰਡੀਆ ਤੋਂ ਜੰਮੂ ਕਸ਼ਮੀਰ ਸ੍ਰੀਨਗਰ ਇਥੇ ਪਰ ਇਹ ਦੂਰ ਸ੍ਰੀਨਗਰ ਦੂਰ ਹੈ ਇਥੋਂ ਇਹ ਸ੍ਰੀਨਗਰ ਇਥੇ ਨਹੀਂ ਬਾਕੀ ਤੱਕ ਨਹੀਂ ਉਸੋ ਜਨਾਬ ਸਾਬਰਾ ਇਹ ਕਿਆ ਇਥੋਂ ਮੋੜਨਾ ਨੇ ਅਪਰ ਕੋਣ ਤੋੜ ਖੜਿਆ ਮਾੜੇ ਕੋਲ ਚੜਾ ਨਹੀਂ ਆਉਣਾ ਤੁਸਾਂ ਕੋਲ ਚੜਾ ਨਹੀਂ ਆਉਣਾ ਸਦੋ ਸਾਰੀ ਓਏ ਹੋਏ ਪਤੀ ਉਹੀ ਗੱਲ ਹੈ ਤੱਕ ਨਾ ਸੋਈ ਲੈ ਨਾ ਰਸ਼ੀ ਕੋਣੀ ਤਾਂ ਬਹੁਤ ਉਹੀ ਗੱਲ ਹੈ ਉੱਪਰ ਜਾਣਾ ਕਿਉਂਕਿ ਇੱਥਾਂ ਕਿਤੀਆਂ ਉੱਪਰ ਪਹਾੜੀਆਂ ਹੀ ਨਾ ਇਸ ਤੋਂ ਉੱਪਰ ਜਾਸਾਂ ਨੇ ਇਹ ਤੱਕੋ ਜੀ ਇਸ ਤੋਂ ਉੱਪਰ ਹੋਰ ਪਹਾੜੀ ਨਹੀਂ ਹੈ ਇੱਥੇ ਬਾਹਰੋਂ ਦੱਸੀ ਸੀ ਤਾਂ ਇਹ ਬੜੇ ਦੂਰ ਹੈ ਮਤਲਬ ਸਿਸਟਮ ਹੈ ਕਾਫੀ ਦੂਰ ਜਾਣਾ ਇੱਧਰ ਇੱਕ ਮਿੰਟ ਮੈਂ ਇੱਥੇ ਮੁੜੀ ਫਿਰ ਉਧਰੋਂ ਫਰੀ ਤਾਂ ਇੱਥੇ ਬੁਨ ਐਸਾਂ ਇੱਥੋਂ ਬੁਨ ਨੂੰ ਮੁੜੀ ਫਿਰ ਅਸ ਉਹ ਥੱਲੇ ਆਖਰੀ ਜਿਹੜਾ ਮੁਜ਼ੱਫਰਾਬਾਦ ਨਜ਼ਰ ਅਸਾਂ ਦੀ ਤੁਸਾਂ ਕੀ ਥੋੜਾ ਜਿਹਾ ਇਲਾਕਾ ਨਜ਼ਰ ਅਸਾਂ ਮੁਜ਼ੱਫਰਾਬਾਦ ਨਾ ਮੁੜੀ ਮੁਜ਼ੱਫਰਾਬਾਦ ਜਾ ਸਾਂ ਮੁਜ਼ੱਫਰਾਬਾਦ ਤੋਂ ਮੁੜੀ ਵਾਪਸ ਅਸਾਂ ਅੱਛਣਾ ਅੱਜ ਜਿਸ ਬੰਦੇ ਕੋਲ ਟੁਰਨ ਨਹੀਂ ਆਉਣਾ ਉਸਦਾ ਰਾਹ ਕਾਫੀ ਔਖਾ ਜੀ ਉੱਥਾਂ ਉਹ ਏਸ਼ੀਆ ਜੇ ਟੁਰਿਸਟ ਸਕਣਾ ਆ ਇਹ ਤਾਂ ਕੋਈ ਢਲਾਂ ਹੀ ਨਹੀਂ ਹੋਣਾ ਇਹ ਤਾਂ ਕੋਈ ਪੱਥਰ ਨਾ ਨੰਗਾ ਜਾਤਾ ਹੈ ਨਾ ਟਾਪਾ ਜਾਤਾ ਹੈ ਇਸ ਤੋਂ ਤੋਲੀ ਪੀਰ ਸੋਖਾ ਤਾਂ ਤੋਲੀ ਪੀਰ ਨੇ ਤੋ ਰੋਡ ਜਾਣੀ ਹੈ ਛਪਣੇ ਵਾਲੀ ਬੜੀ ਚੰਗੀ ਜਗ੍ਹਾ ਹੈ ਤੱਕ ਹਾਂ ਬਚਪਨ ਵਿੱਚ ਛਪਣ ਛੋਟ ਕਰਨੇ ਹੁੰਦੇ ਨੇ ਨਾ ਹਾਂ ਇਹ ਤਾਂ ਕਿੰਨੀ ਸੋਹਣੀ ਛਪਣੇ ਵਾਲੀ ਜਗ੍ਹਾ ਹੈ ਬਿਲਕੁਲ ਤਾਇਆ ਸਾਬਰਾ ਇਹ ਤਾਇਆ ਸਾਬਰਾ ਘੋੜਾ ਨਹੀਂ ਢਲਣਾ ਘੋੜੇ ਬਣੇ ਪਤਾ ਨਹੀਂ ਨੱਸੀ ਜਾ ਕੁਦਰਤ ਜਿੰਨਾ ਸਪੀਡ ਹੈ ਘੋੜਾ ਮੈਂ ਚਲਾਣਾ ਨਾ ਸਰਕਾਰ ਜੀ ਅਸਾਂ ਲਈ ਆਏ ਆ ਉਪਰੋਂ ਪਹਾੜੀ ਦੇ ਤੋੜ ਨਾ ਪੁੱਜੇ ਉਹਨੂੰ ਮੁੜੇ ਆ ਹੁਣ ਦੇਖੋ ਸੜਕ ਤੋਂ ਕੁਝ ਸੜਕਾਂ ਬਹੁਤ ਜ਼ਬਰਦਸਤ ਬਣਾਈਆਂ ਨੇ ਆਸਤੇ 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 ਕੁਝ ਜਿਵੇਂ ਸੜਕਾਂ ਤਰੁੱਟੀਆਂ ਭੱਜੀਆਂ ਤੇ ਇਹ ਤੱਕ ਜੀ ਇੱਥੇ ਸਰਕਾਰ ਕਾਫੀ ਬੰਦੇ ਇੱਥੇ ਦੁਕਾਨਾਂ ਬੰਦੀਆਂ ਕਾਫੀ ਬੰਦੇ ਮਿਹਰਬਾਨੀ ਬੜੀ ਸਰਦੀ ਹੈ ਜੀ ਬਹੁਤ ਸਰਦੀ ਹੈ ਤੱਕੋ ਜੀ ਬੁਨ ਕਿਤਨੀ ਬੁਲੰਦੀ ਹੈ ਬਹੁਤ ਬੜੀ ਬੁਲੰਦੀ ਹੈ ਇਹ ਗੰਗਾ ਚੋਟੀ ਪਰੇ ਸੀ ਇੱਥੇ ਬੁਲੰਦੀ ਹੈ ਕਿ ਖੌਫ ਨਾ ਉਹ ਦਰਿਆ ਜਾਣਾ ਕੋਈ ਦਰਿਆ ਪੁੱਛੋ ਸੀ ਲਾਜ਼ਮਨ ਦਰਿਆ ਪੁੱਛ ਨਹੀਂ ਹੈ ਖਾਲੀ ਮਾਲਾ ਹੈ ਵੈਸੇ ਬਾਗ ਨਾ ਦਰਿਆ ਪੁੱਛ ਦੂਰ ਹੈ ਸੜਕ ਤੱਕੋ ਜੀ ਪਹਿਲੇ ਗੰਗਾ ਚੋਟੀ ਕੋਈ ਨਾ ਹੀ ਨਿਸ਼ਾਨ ਹੀ ਕੌਣ ਸੀ ਅਚਾਨਕ ਨਾ ਆਇਆ ਪਹਿਲੇ ਲੋਕ ਪੈਦਲ ਅਸ਼ਨ ਸੀ ਗੰਗਾ ਚੋਟੀ ਜਦੋਂ ਦੀ ਰੋਡ ਬਣੀ ਹੈ ਤਾਂ ਸਭ ਤੋਂ ਜ਼ਿਆਦਾ ਟੂਰਿਜ਼ਮ ਗੰਗਾ ਚੋਟੀ ਵੀਡੀਓ ਲੋਕ ਬਣਾਣੇ ਬਹੁਤ ਲੋਕ ਅਸ਼ਨ ਇੱਥੇ ਇੱਥੋਂ ਤੱਕੀ ਦਾ ਟੋਰੇ ਮੋਟਰਸਾਈਕਲ ਦੇ ਬਹੁਤ ਬੜਾ ਨਾਲਾ ਆ ਇਹ ਤੱਕੋ ਜੀ ਸਬਜ਼ਾ ਸਬਜ਼ਾ ਬਹੁਤ ਜ਼ਿਆਦਾ ਨਾਲਾ ਆ ਇਹ ਤੱਕੋ ਜੀ ਇੱਥੋਂ ਗੱਡੀ ਗਈ ਗਈ ਸਮਝੋ ਇਹ ਤੱਕੋ ਜੀ ਹੋਏ ਹੋਏ ਲਹਿਰ ਕਰੇ ਇੱਥੋਂ ਬਹੁਤ ਮੁਸ਼ਕਿਲ ਹੈ ਇਹ ਤੱਕੋ ਜੀ ਮਾਸ਼ਾਅੱਲਾ ਕਿੰਨੇ ਸੋਹਣੇ ਦਰਖਤ ਬੂਟੇ ਇਹਨਾਂ ਬੂਟਿਆਂ ਨਾਂ ਕੀ ਪਤਾ ਇਹ ਨਿੱਕੇ ਹੋਣੇ ਕਿਤਾਬਾਂ ਚ ਟਕੀ ਹੋਣਾ ਸੀ ਕਿਤਾਬਾਂ ਚ ਇਹਨਾਂ ਬੂਟੇ ਨਾਂ ਪਤਾ ਕੀ ਨਾਂ ਆ ਬੂਟੇ ਨਾਂ ਕਿਤਾਬਾਂ ਚ ਕੀ ਨਾਂ ਹੋਣਾ ਸੀ ਪਹਿਲੇ ਤੋਂ ਦੱਸ ਵੀ ਯਾਦ ਨਹੀਂ ਰਿਹਾ ਇਹਨਾਂ ਹੀ ਆਹਣੇ ਤੁੰਗ ਹੈ ਤੁੰਗ ਇਹ ਇਸ ਇਲਾਕੇ ਚ ਤੁੰਗ ਦੇ ਦਰਖਤ ਬਹੁਤ ਜ਼ਿਆਦਾ ਪਾਏ ਜਾਂਦੇ ਬਹੁਤ ਜ਼ਿਆਦਾ ਜੀ ਜ਼ਿਲ੍ਹਾ ਬਾਗ ਚ ਇਹ ਸਾਰੇ ਸੱਚੇ ਹੁੰਦੇ ਇਹ ਅੱਛਰ ਹੈ ਇਸ ਕੀ ਆਖਿਆ ਜਣਾ ਅੱਛਰ ਜਿਹੜੇ ਦਰਖਤ ਦੇ ਸਾਹਮਣੇ ਇਹਨਾਂ ਦਾ ਕੋਈ ਮੰਨੇ ਕੋਈ ਕਮਰੇ ਸ਼ਮਰੇ ਦੇ ਦੂਏ ਦਰਵਾਜ਼ੇ ਹਾਂ ਇਹ ਤਮਾਮ ਦਰਵਾਜ਼ੇ ਖਿਜਰਵਾਜ਼ੇ ਖੈਰ ਇਹ ਸਾਰੇ ਕਮਰੇ ਤਿਆਰ ਕਰਨੇ ਨੇ ਇਹਨਾਂ ਨੇ ਮਕਾਨ ਤਿਆਰ ਹੋਣਾ ਇਹਨਾਂ ਦਾ ਤੱਕੋ ਜੀ ਇਹਨਾਂ ਨੇ ਬਹੁਤ ਬੜੀ ਖਬਰ ਹੈ ਇਹਨਾਂ ਦਾ ਮਕਾਨ ਤਿਆਰ ਕੀਤਾ ਜਾਣੇ ਤੱਕ ਉਸ ਮਾਸ਼ਾਅੱਲਾ ਬਹੁਤ ਹੀ ਤਾਹੀ ਫਕਰ ਜਿਹੜਾ ਨਾਲੋਂ ਵੀ ਸੋਹਣੇ ਲੱਗਣੇ ਨੇ ਜਿਹੜਾ ਨਾਲੋਂ ਵੀ ਸੋਹਣੇ ਨੇ ਜੀੜ ਤੇ ਛੋਟੀਆਂ ਹੋਣੀਆਂ ਬੜੇ ਹੋਏ 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 ਤੱਕੋ ਕਿੰਨਾ ਬਚੜਨ ਨਹੀਂ ਹੋਣਾ ਕੱਪੜੇ ਲੱਗੇ ਸਰਕਾਰੀ ਹੋਣੇ ਨੇ ਜਦੈ ਸਰਕਾਰੀ ਸਭ ਸਰਕਾਰੀ ਅਬ ਚਕਾਰ ਬਾਜ਼ਾਰ ਬਿਲਕੁਲ ਹੀ ਪੈਣਾ ਭਰਾ ਫੈਮਿਲੀ ਅਸੀਂ ਚਕਾਰ ਬਾਜ਼ਾਰ ਅਜੇ ਪਹੁੰਚੀ ਆਏ ਹਾਂ ਚੈੱਕ ਕਰੀ ਸਕਨੇ ਚਕਾਰ ਬਾਜ਼ਾਰ ਚਕਾਰ ਇਹ ਜ਼ਿਲ੍ਹਾ ਕਿਹੜਾ ਆ ਜ਼ਿਲ੍ਹਾ ਹੱਡੀਆਂ ਵੀ ਹੈ ਜ਼ਿਲ੍ਹਾ ਮੁਜ਼ੱਫਰਾਬਾਦ ਵੀ ਹੈ
لیکن بازار ماڑا خیال ہے جڑا چکار مایا اے لگنا تحصیل ہی ہوسی ہے جی ماشاءاللہ بڑا خوبصورت بازار ہے چکار نہ چکر ہی سکنے بس چکار بازار چکار بازار گڈیاں گڈیاں کھلدی ہیں تے بہو گڈیاں ہیں تے جس لے بھی اے تے کوئی چکار بازار جس لے بھی ویڈیو بنانا ماڑا کہ کوئی نہ کوئی اے بالکل ہٹیاں بالا اور مصور آباد کول ہے اے چکار بازار ہے اے بھی چکار فیمس بازار ہے اتنے کلچے بڑے مشہور ہیں لونے کلچے نے نمکین اچھا اتنے وہ فیمس چھوٹا بازار ہے بالکل چھوٹا سا بازار ہے بڑا فیمس کتے آباد نہ تو یارا بڑے اگے کہہ لوڑنا اے مصور آباد والا ٹوٹا اتھا جی بازار ختم ہے چکار جڑا ختم ہاں جی جناب اگے چکار بازار تو اگے آیا جناب تکنے ہو سو بن ہٹیاں روڈ ہٹیاں بالا علی روڈ ہٹیاں بالا ضلع ہٹیاں بالا سو جانے ہو سو ایتھے گراں تک جی کتنا خوبصورت ہے ماشاءاللہ اتنے خوبصورت کار سے منتے ہوئے یہ تو کشمیر کی خوبصورتی اور پہاڑ تک جی پہاڑیا چکار والا جی رہا ٹوٹا جی رہا تو باقی اس لیے موجود ہاں تک جی یہ دریا جناب کے اچھا گیا جہلم ویلی یہ تو جہلم ویلی دریا جناب اچھا لگا تکنے سو سڑک جی نا سڑک جی رہی ہے تو اس نال اتنا بڑا دندہ آ تو یقین منو اللہ خیر کرے بہت خطرناک روڈ ہے یہ اتنی خطرناک روڈ ہے نا اس نے موڑ بڑے بھڑے سڑک سوڑی ماشاء اللہ بہت خوبصورت ہے دیکھو جناب جی ماشاء اللہ بڑا خوبصورت علاقہ رکھنا سو یہ لگا کیا جی دیکھو جی گڈی کس جی رہی ہے پراپر گڈی سڑک پہ جی رہی سو روڈ دیکھو جی ماشاء اللہ یہ گڑی دوپٹا گڑی جی رہی ہے گڑی دوپٹا ہے دیکھو جی ایک انتہائی خوبصورت گراں اے گڑی دوپٹے کول جناب جانا لگا اتنا خوبصورت جناب گراں ماشاء اللہ